अजीत वैब टीवी देखने वाले सारे दर्शकों का स्वागत है। मैं हाँ स्वर्ण सिंह टैणा, हाजर हाँ प्रोग्राम शौक आपो अपने लैके। वक्त की चाल नाल सब कुछ बदलता बदलता नज़र आ रहा है। कल तक जिहड़ियां चीज़ां साढ़े अंग संग रहिंदियां सन, अज असी उन्हां नूं विसारना शुरू कर दिता है, जिहड़ी कि दुख की गल है। पर फिर भी कुछ क सूझवान ते कदरदान लोग इहो जिहे ने जिहड़ियां अतीत दे नाल जुड़ियां होईयां चीज़ां, बेशक वह विरसे दियां प्रतीक होण जां कि होर किसी तरीके दे नाल वो साढ़े सभ्याचार ते साढ़े अतीत नाल जुड़ियां होण, उन्हां नूं सांभण दा काम बड़े चाह नाल करदे ने। इस तरह लुधियाने की गांधी कलोनी के वासी ने इंजीनियर नरिंद्रपाल सिंह, उन्हां दे वल्लों सिख इतिहास तो पहलां ते बाद दीआं बहुत सारियां अणमुल्लियां चीज़ां नूं अपने घर दे विच थां दित्ती होई है। ये वो चीज़ां ने जिहड़ियां अज दी तरीक विच हर थां आम ही देखण नूं नहीं मिलदियां। इंजीनियर नरिंद्रपाल सिंह ने इतिहासक पोथियां नूं संभाल के रख्या होया है, मुगल काल ते अंग्रेज़ काल दे वक्त दे सिक्क्यां नूं सांभ के रख्या होया है। इस तों इलावा होर भी बड़ियां बेशकीमती चीज़ां सांभ के रखियां होईयां ने। अजीत वैब टीवी दी टीम दे वल्लों इंजीनियर नरिंद्रपाल सिंह दे इस शौक दे उत्ते एक विशेष रिपोर्ट तैयार की गई है, जिहड़ी तुहाडी नज़र है। इंजीनियर नरिंद्रपाल सिंह दे कोल सिख राज दे नानकशाही ते गोबिंद शाही सिक्क्यां तों इलावा महाराजा रणजीत सिंह वल्लों राज नाची मोरां शाही लई जारी कीता गया सिक्का ते महाराजा रणजीत सिंह दे सपुत्तर महाराजा दलीप सिंह दे नां उपर जारी सिख राज दा अंतिम सिक्का भी सामभ के रख्या होया है। बाबा बंदा सिंह बहादुर वल्लों भी श्री गुरु नानक देव जी ते श्री गुरु गोबिंद सिंह जी दे नां दे जारी सिक्के उसने संभाल के रखे हुए ने। सिख मिसलां वल्लों 1765 विच लाहौर ते 1775 विच अमृतसर तों जारी किए नानक शाही सिक्क्यां दा भी भारी भंडार उस दे कोल मौजूद है। ਉਹ ਸਿੱਖ ਸੰਗਤਾਂ ਦੇ ਰੂਬਰੂ 130 ਪ੍ਰਦਰਸ਼ਨੀਆਂ ਰਾਹੀਂ ਇਹਨਾਂ ਸਿੱਕਿਆਂ ਨੂੰ ਪੇਸ਼ ਕਰ ਚੁੱਕਾ ਹੈ। ਸਿੱਖ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੱਲੋਂ 12 ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਕਾਇਮ ਕੀਤੇ ਗਏ। ਸਿੱਖ ਰਾਜ ਦੇ ਸਮੇਂ ਦੌਰਾਨ ਜਾਰੀ ਹੋਏ ਵੱਖ ਵੱਖ ਸਿੱਕਿਆਂ ਤੋਂ ਇਲਾਵਾ ਲਾਹੌਰ, ਅੰਮ੍ਰਿਤਸਰ, ਮੁਲਤਾਨ, ਪੇਸ਼ਾਵਰ, ਕਸ਼ਮੀਰ, ਡੇਰਾ ਜਾਟ, ਡੇਰਾ ਗਾਜ਼ੀ ਖਾਨ, ਆਨੰਦਗੜ੍ਹ, ਮਾਨਕੇਰਾ, ਨਮਕ, ਨਜ਼ੀਬਾਬਾਦ ਅਤੇ ਜੈਪੁਰ ਦੀਆਂ ਟਕਸਾਲਾਂ ਦੇ ਸਿੱਕਿਆਂ ਸਮੇਤ ਮੁਸਲਿਮ ਅਤੇ ਹਿੰਦੂ ਕਾਲ ਦੇ ਸਿੱਕੇ ਵੀ ਉਸ ਕੋਲ ਮੌਜੂਦ ਨੇ। ਮਹਾਰਾਜਾ ਸ਼ੇਰ ਸਿੰਘ ਦੇ ਦੁਰਲੱਭ ਸਿੱਕਿਆਂ ਦਾ ਅਹਿਮ ਭੰਡਾਰ ਵੀ ਉਸ ਕੋਲ ਮੌਜੂਦ ਹੈ। ਸਿੱਖ ਇਤਿਹਾਸ ਦੇ ਪੁਰਾਤਨ ਹੱਥ ਲਿਖਤ ਪੋਥੀਆਂ, ਖਰੜੇ ਅਤੇ ਹੋਰ ਸਾਹਿਤ ਵੀ ਉਹਦੇ ਕੋਲ ਸੰਭਾਲ ਕੇ ਰੱਖਿਆ ਹੋਇਆ ਹੈ। ਸਭ ਤੋਂ ਛੋਟੀ ਸਾਖੀ ਜੋ 3-3 ਇੰਚ ਹੈ ਉਹ ਵੀ ਉਸ ਕੋਲ ਮੌਜੂਦ ਹੈ। ਨਰਿੰਦਰਪਾਲ ਜੀ, ਤੁਸੀਂ ਇਹ ਦੱਸੋ ਵੀ ਤੁਹਾਨੂੰ ਇਹ ਜਿਹੜੀ ਚੇਟਕ ਹੈ ਕਿੱਥੋਂ ਲੱਗੀ ਸੀਗੀ? ਜਦੋਂ ਮੈਂ ਸਕੂਲ ਪੜ੍ਹਦਾ ਸੀ, ਸਕੂਲ ਟਾਈਮ 'ਚ ਮੈਨੂੰ ਕੁਛ ਪੁਰਾਣੇ ਸਿੱਕੇ ਆਪਣੇ ਘਰੋਂ ਮਿਲੇ, ਜਿਨ੍ਹਾਂ ਤੋਂ ਮੈਨੂੰ ਸ਼ੌਂਕ ਹੋਇਆ ਕਿ ਉਸ ਤੋਂ ਵੀ ਜ਼ਿਆਦਾ ਪੁਰਾਣੇ ਸਿੱਕੇ ਹੋਰ ਕਿਤੋਂ ਲੱਭ ਕੇ ਲਿਆਵਾਂ। ਅਤੇ ਮੈਨੂੰ ਫਿਰ ਜਿੱਥੋਂ ਵੀ ਕਿਤੋਂ ਪਤਾ ਲੱਗਦਾ ਕਿ ਬ੍ਰਿਟਿਸ਼ ਪੀਰੀਅਡ ਦੇ ਜਾਂ ਮੁਗਲਾਂ ਦੇ ਜਾਂ ਉਸ ਤੋਂ ਪੁਰਾਣੇ ਸਿੱਕੇ ਕੋਈ ਲੱਭਦੇ ਆ, ਅਤੇ ਮੈਂ ਉਹ ਇਕੱਠੇ ਕਰਨੇ ਸ਼ੁਰੂ ਕੀਤੇ, ਜਿਨ੍ਹਾਂ 'ਚ ਮੈਂ ਅੱਜ ਤੱਕ ਪਿਛਲੇ 2600 ਸਾਲ 'ਚ ਪੰਜਾਬ 'ਚ ਜਿੰਨੇ ਵੀ ਰੂਲਰ ਆਏ ਆ ਉਹਨਾਂ ਦੇ ਸਾਰਿਆਂ ਦੇ ਸਿੱਕੇ ਇਕੱਠੇ ਕਰ ਚੁੱਕਾ। ਪਰ ਜਿਹੜਾ ਮੇਰਾ ਜ਼ਿਆਦਾ ਰੁਝਾਨ ਹੈ, ਜਿਹੜਾ ਮੈਨੂੰ ਜ਼ਿਆਦਾ ਜਿਸ ਚੀਜ਼ ਨੇ ਖਿੱਚਿਆ ਆਪਣੇ ਵੱਲ, ਉਹ ਸੀ ਨਾਨਕਸ਼ਾਹੀ ਸਿੱਕੇ, ਜਿਨ੍ਹਾਂ ਨੂੰ ਹੁਣ ਮੈਂ ਨਾਨਕਸ਼ਾਹੀ ਸਿੱਕੇ ਜਿੰਨੇ ਵੀ ਅਲੱਗ ਅਲੱਗ ਥਾਵਾਂ ਤੋਂ ਨਿਕਲੇ, ਭਾਵੇਂ ਉਹ ਸਿੱਖ ਮਿਸਲਾਂ ਵੱਲੋਂ ਜਾਰੀ ਹੋਏ ਜਾਂ ਮਹਾਰਾਜਾ ਰਣਜੀਤ ਸਿੰਘ, ਖੜਕ ਸਿੰਘ, ਸ਼ੇਰ ਸਿੰਘ, ਮਹਾਰਾਜ ਦਲੀਪ ਸਿੰਘ ਤੱਕ ਜਿੰਨਾ ਵੀ ਸਿੱਕਾ ਨਿਕਲਿਆ ਉਹ ਸਾਰੇ ਮੈਂ ਇਕੱਠੇ ਕਰ ਚੁੱਕਾ। ਪਿਛਲੇ 29 ਸਾਲ 'ਚ ਮੈਂ 130 ਤੋਂ ਜ਼ਿਆਦਾ ਸਕੂਲਾਂ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਜਾਂ ਗੁਰਦੁਆਰਾ ਸਾਹਿਬਾਨ 'ਚ ਕਿਸੇ ਵੀ ਇਤਿਹਾਸਿਕ ਮੌਕਿਆਂ 'ਤੇ ਮੈਂ ਇਹ ਪ੍ਰਦਰਸ਼ਨੀਆਂ ਲਗਾਉਣਾ, ਜਿਨ੍ਹਾਂ 'ਚੋਂ ਹੁਣ ਤੱਕ ਬਹੁਤ ਮਹਾਨ ਸ਼ਖਸੀਅਤਾਂ ਵੀ ਦੇਖ ਚੁੱਕੀਆਂ, ਇਹਨਾਂ ਨੂੰ ਦਰਸ਼ਨ ਕਰ ਚੁੱਕੇ ਇਹਨਾਂ ਦੇ, ਅਤੇ ਮੈਂ ਪੰਜਾਬ ਤੋਂ ਇਲਾਵਾ ਪੰਜਾਬ ਤੋਂ ਬਾਹਰ ਵੀ ਕਾਫੀ ਪ੍ਰਦਰਸ਼ਨੀਆਂ ਲਗਾ ਚੁੱਕਾ, ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਕਲਾ, ਆਪਣਾ ਸੱਭਿਆਚਾਰ, ਆਪਣੀ ਵਿਰਾਸਤ ਬਾਰੇ ਪਤਾ ਲੱਗੇ ਅਤੇ ਉਹ ਜਾਗਰੂਕ ਹੋ ਸਕਣ ਅਤੇ ਇਹਨੂੰ ਸੰਭਾਲ ਸਕਣ। ਪੁਰਾਤਨ ਹੱਥ ਲਿਖਤ ਪੋਥੀਆਂ ਵੀ ਨੇ, ਜਿਨ੍ਹਾਂ 'ਚ 5 ਗ੍ਰੰਥੀ ਹੈ, 10 ਗ੍ਰੰਥੀ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਉਹ ਸਾਰੀਆਂ ਅਲੱਗ ਅਲੱਗ ਪੋਥੀਆਂ ਇਹ ਹੱਥ ਦੇ ਬਣੇ ਹੋਏ ਕਾਗਜ਼ 'ਤੇ, ਜਿਹੜਾ ਕਿ ਲਾਹੌਰ ਅਤੇ ਰਾਵਲਪਿੰਡੀ 'ਚ ਬਣਦਾ ਸੀ, ਉਹ ਕਾਗਜ਼ 'ਚ ਚੌਲਾਂ ਤੋਂ ਤਿਆਰ ਕੀਤਾ ਜਾਂਦਾ ਸੀ, ਅਤੇ ਇਹ 300 ਸਾਲ ਪੁਰਾਣੀਆਂ, 200 ਸਾਲ ਪੁਰਾਣੀਆਂ ਪੋਥੀਆਂ ਨੇ, ਇਹ ਸਾਰੇ ਹੱਥ ਨਾਲ ਲਿਖੀਆਂ ਗਈਆਂ ਨੇ। ਇਹਨਾਂ ਨੂੰ ਸੰਭਾਲ ਕੇ ਉੱਥੇ ਪੂਰੀ ਤਰੀਕੇ ਨਾਲ, ਪੂਰੇ ਸਤਿਕਾਰ ਨਾਲ, ਮਰਿਆਦਾ ਨਾਲ ਸਾਰੇ ਅਜਾਇਬ ਘਰ 'ਚ ਪ੍ਰਦਰਸ਼ਨ ਕਰਨ ਦੀ ਇਹਦੀ ਮੇਰੀ ਪਲੈਨ ਹੈ। ਇੰਜੀਨੀਅਰ ਨਰਿੰਦਰਪਾਲ ਸਿੰਘ ਕੋਲ ਪੁਰਾਣੇ ਸ਼ਾਸਤਰ, ਜਿਨ੍ਹਾਂ ਵਿੱਚ ਤਲਵਾਰਾਂ, ਨੇਜੇ, ਖੰਡਾ, ਤੀਰ, ਗੋਲੀਆਂ, ਖੈਬਰ, ਸੂਸਨ ਪੈਟਾ, ਸ਼ਮਸ਼ੀਰ, ਤੇਗਾਂ, ਕਿਰਚ, ਫਿਰੰਗੀ ਖੁਖਰਾ,
ਵਰਸ਼ਾ, ਕਰਮਾ ਵਰਸ਼ਾ, ਗੰਡਾਸਾ, ਤਬਰ, ਅਫਗਾਨੀ ਛੁਰਾ, ਕਟਾਰ, ਵਿਛੂਆ, ਖੰਜਰਲੀ, ਪੇਸ਼ ਕਬਜ਼ ਅਤੇ ਜਕੂ ਆਦਿ ਦੀਆਂ ਕਈ ਵੰਨਗੀਆਂ ਸੰਭਾਲ ਕੇ ਰੱਖੀਆਂ ਹੋਈਆਂ ਨੇ, ਜਿਨ੍ਹਾਂ ਨੂੰ ਦੇਖ ਕੇ ਅੱਜ ਦੀ ਪੀੜ੍ਹੀ ਹੈਰਾਨ ਹੋ ਜਾਂਦੀ ਹੈ। ਇੰਜੀਨੀਅਰ ਨਰਿੰਦਰਪਾਲ ਸਿੰਘ ਕੋਲ ਤਾਂਬੇ, ਕਾਂਸੇ ਅਤੇ ਪਿੱਤਲ ਦੇ ਪੁਰਾਣੇ ਭਾਂਡੇ, ਕਈ ਕਿਸਮ ਦੇ ਗ੍ਰਾਮੋਫੋਨ, ਰੇਡੀਓ, ਟ੍ਰਾਂਜਿਸਟਰ, ਹਜ਼ਾਰਾਂ ਪਰਫਿਊਮ ਦੀਆਂ ਖਾਲੀ ਸ਼ੀਸ਼ੀਆਂ, ਪੁਰਾਣੇ ਰਿਕਾਰਡ ਅਤੇ ਹੋਰ ਸਾਜ਼ੋ ਸਮਾਨ ਵੀ ਸੰਭਾਲਿਆ ਹੋਇਆ ਹੈ। ਪਿਛਲੇ 29 ਸਾਲਾਂ ਦੇ ਵਿੱਚ ਜਿੱਥੋਂ ਵੀ ਕਿਤੋਂ ਮੈਨੂੰ ਪਤਾ ਲੱਗਦਾ ਕੋਈ ਕੋਈ ਸਮਾਨ ਸਿੱਖਾਂ ਨਾਲ ਸੰਬੰਧਿਤ ਹੈ ਜਾਂ ਕੋਈ ਉਹ ਵਿਕ ਰਿਹਾ ਕਿਤੇ ਜਾਂ ਕਿਸੇ ਪਰਿਵਾਰ ਕੋਲ ਪਿਆ, ਮੇਰੀ ਕੋਸ਼ਿਸ਼ ਹੁੰਦੀ ਹੈ ਉਹਨੂੰ ਪ੍ਰਾਪਤ ਕਰਨਾ, ਚਾਹੇ ਉਹ ਕਈ ਵਾਰੀ ਕਈ ਸਿੱਕੇ ਜਿਹੜੇ ਨਾਨਕ ਸ਼ਾਹੀ ਸਿੱਕੇ ਨਿਲਾਮੀਆਂ ਦੇ ਵਿੱਚ ਵੀ ਮਿਲਦੇ ਆ, ਮੈਂ ਉਹਨਾਂ 'ਚ ਵੱਧ ਤੋਂ ਵੱਧ ਉਹਦਾ ਮੁੱਲ ਦੇ ਕੇ ਹੁਣ ਤੱਕ ਮੇਰਾ ਇਹਨਾਂ 'ਤੇ ਲੱਖਾਂ ਰੁਪਇਆ ਖਰਚ ਹੋ ਚੁੱਕਾ ਅਤੇ ਫਿਰ ਹਜੇ ਵੀ ਕੋਸ਼ਿਸ਼ ਜਾਰੀ ਹੈ ਕਿ ਕਿਤੋਂ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਚੀਜ਼ ਪ੍ਰਾਪਤ ਹੁੰਦੀ ਹੋਵੇ ਤਾਂ ਮੈਂ ਕੋਸ਼ਿਸ਼ ਕਰਦਾ ਕਿ ਉਹ ਮੈਂ ਵੱਧ ਤੋਂ ਵੱਧ ਮੁੱਲ ਦੇ ਕੇ ਲੈ ਸਕਾਂ। ਇੰਜੀਨੀਅਰ ਨਰਿੰਦਰਪਾਲ ਨੇ ਦੱਸਿਆ ਕਿ ਉਹ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰਕ, ਧਾਰਮਿਕ ਅਤੇ ਵਿਰਾਸਤੀ ਜਾਣਕਾਰੀ ਦੇਣ ਲਈ ਅਕਾਲ ਸਾਹਿਬ ਅਜਾਇਬ ਘਰ ਸਥਾਪਿਤ ਕਰਨਾ ਚਾਹੁੰਦਾ ਏ, ਤਾਂ ਜੋ ਇਸ ਸਾਰੇ ਖਜ਼ਾਨੇ ਨੂੰ ਇੱਕ ਥਾਂ ਸਾਂਭ ਕੇ ਰੱਖਿਆ ਜਾ ਸਕੇ, ਜਿਸ ਤੋਂ ਕਿ ਆਉਣ ਵਾਲੀਆਂ ਨਸਲਾਂ ਵੀ ਜਾਣਕਾਰੀ ਪ੍ਰਾਪਤ ਕਰ ਸਕਣ। ਉਹਨਾਂ ਨੇ ਕਿਹਾ ਕਿ ਇਸ ਸਾਰੇ ਸੰਗ੍ਰਹਿ ਨੂੰ ਡਿਜੀਟਲਾਈਜ਼ ਕਰਕੇ ਇੰਟਰਨੈੱਟ ਦੇ ਜ਼ਰੀਏ ਸਮੁੱਚੀ ਦੁਨੀਆ ਤੱਕ ਪਹੁੰਚਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਏ। ਮੈਨੂੰ ਆਪਣੇ ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਿਆ, ਮੇਰੇ ਪਿਤਾ ਜੀ ਸਰ ਰਣਜੀਤ ਸਿੰਘ ਜੀ, ਉਹਨਾਂ ਨੇ ਮੈਨੂੰ ਬਹੁਤ ਥਾਪੜਾ ਦਿੱਤਾ, ਸਹਿਯੋਗ ਦਿੱਤਾ, ਜਿੰਨੀ ਵੀ ਮਾਇਕ ਮਦਦ ਮੈਨੂੰ ਚਾਹੀਦੀ ਸੀ ਉਹ ਵੀ ਦਿੱਤੀ, ਮੈਨੂੰ ਹੌਸਲਾ ਅਫਜਾਈ ਕੀਤੀ, ਅਤੇ ਉਹ ਇੱਕ ਤਰ੍ਹਾਂ ਨਾਲ ਖੁਸ਼ ਵੀ ਨੇ ਕਿ ਮੈਂ ਆਪਣੀ ਵਿਰਾਸਤ ਨੂੰ ਸੰਭਾਲ ਰਿਹਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਚੀਜ਼ ਸਾਹਮਣੇ ਪੇਸ਼ ਕਰਾਂਗੇ, ਇੱਕ ਅਜਾਇਬ ਘਰ ਦੇ ਰੂਪ ਦੇ ਵਿੱਚ ਪੇਸ਼ ਕੀਤੀ ਜਾਏਗੀ ਤਾਂ ਕਿ ਉਸ ਤੋਂ ਸਾਰੀਆਂ ਸੇਧ ਲੈ ਸਕਣ। ਪਰਿਵਾਰ ਵੱਲੋਂ ਮੈਨੂੰ ਇਹ ਲਈ ਪੂਰਾ ਸਹਿਯੋਗ ਹੈ। ਇੱਕ ਅਜਾਇਬ ਘਰ ਬਣਾਉਣ ਲਈ ਪੂਰਾ ਇੰਫਰਾਸਟ੍ਰਕਚਰ ਚਾਹੀਦਾ ਹੁੰਦਾ, ਉਹਦੀ ਪ੍ਰੋਪਰ ਡਿਸਪਲੇ ਹੋਵੇ, ਉੱਥੇ ਪਾਰਕਿੰਗ ਸਪੇਸ ਹੋਵੇ ਜਾਂ ਉੱਥੇ ਪ੍ਰੋਪਰ ਉਹਦੀ ਸਿਕਿਉਰਿਟੀ ਵੀ ਹੋਵੇ, ਜਗ੍ਹਾ ਵੀ ਖੁੱਲ੍ਹੀ ਮਿਲੇ। ਪਰ ਕਿਉਂਕਿ ਮੇਰੇ ਕੋਲ ਆਪਣੇ ਵਸੀਲਿਆਂ ਦੇ ਮੁਤਾਬਕ ਮੈਂ ਜਿੰਨੀ ਵੀ ਆਪਣੀ ਪਹੁੰਚ ਨਾਲ, ਹਜੇ ਤਾਂ ਮੈਂ ਆਪਣੇ ਘਰ ਦਾ ਹੀ ਪੂਰਾ ਗਰਾਊਂਡ ਫਲੋਰ ਤੋੜ ਕੇ ਉੱਥੇ ਇੱਕ ਅਜਾਇਬ ਘਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਪੂਰਾ ਇੱਕ ਅਜਾਇਬ ਘਰ ਬਣਾਉਣ ਲਈ ਤਾਂ ਬਹੁਤ ਜ਼ਿਆਦਾ ਪੈਸਾ ਵੀ ਚਾਹੀਦਾ, ਉਹਦੇ ਲਈ ਜਗ੍ਹਾ ਵੀ ਬਹੁਤ ਚਾਹੀਦੀ ਹੈ। ਅਤੇ ਉਹਦੇ ਲਈ ਸਵਾਗਤ ਹੈ ਜੇ ਕੋਈ ਸੰਸਥਾਵਾਂ ਜਾਂ ਕੋਈ ਹੋਰ ਭਾਵੇਂ ਉਹ ਸਰਕਾਰ ਵੱਲੋਂ ਜਾਂ ਗੈਰ ਸਰਕਾਰੀ ਤੌਰ 'ਤੇ ਇਹਦੇ ਲਈ ਮੈਨੂੰ ਮਦਦ ਦਿੱਤੀ ਜਾਵੇ ਤਾਂ ਕਿ ਮੈਂ ਆਪਣਾ ਇੱਕ ਅਜਾਇਬ ਘਰ ਪੂਰਾ ਪ੍ਰੋਪਰ ਉਹ ਬਣਾਇਆ ਜਾ ਸਕੇ, ਤਾਂ ਕਿ ਇੱਕ ਆਉਣ ਵਾਲੀਆਂ ਨਸਲਾਂ ਲਈ ਆਪਣੇ ਸੱਭਿਆਚਾਰ ਨੂੰ, ਆਪਣੀ ਵਿਰਾਸਤ ਨੂੰ ਸੰਭਾਲ ਕੇ ਅੱਗੇ ਉਹਨਾਂ ਤੋਂ ਸੇਧ ਲੈਣ ਲਈ ਇੱਕ ਸੋਹਣਾ ਅਜਾਇਬ ਘਰ ਬਣਾਇਆ ਜਾ ਸਕੇ। ਇੰਜੀਨੀਅਰ ਨਰਿੰਦਰਪਾਲ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਸਮੁੱਚਾ ਪਰਿਵਾਰ ਇਹਨਾਂ ਦੇ ਇਸ ਸ਼ੌਕ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਿਹਾ ਏ। ਪਹਿਲਾਂ ਪਹਿਲ ਤਾਂ ਸਾਨੂੰ ਉਹਨਾਂ ਦੇ ਇਸ ਨਿਵੇਕਲੇ ਸ਼ੌਕ ਤੋਂ ਥੋੜ੍ਹੀ ਪਰੇਸ਼ਾਨੀ ਹੁੰਦੀ ਸੀ, ਪਰ ਉਹ ਹੁਣ ਉਹਨਾਂ ਦੇ ਕੰਮਾਂ ਵਿੱਚ ਪੂਰਾ ਸਹਿਯੋਗ ਦੇ ਰਹੇ ਨੇ ਅਤੇ ਜਿੱਥੋਂ ਵੀ ਕੋਈ ਅਜਿਹੀ ਚੀਜ਼ ਜੋ ਇਹਨਾਂ ਦੇ ਇਸ ਵਿਰਾਸਤੀ ਖਜ਼ਾਨੇ ਦਾ ਹਿੱਸਾ ਬਣਨ ਵਾਲੀ ਹੋਵੇ ਨੂੰ ਉਹ ਲੈ ਆਉਂਦੇ ਨੇ। ਇਹਨਾਂ ਦਾ ਸ਼ੌਂਕ ਐਕਚੁਲੀ ਬਚਪਨ ਤੋਂ ਹੀ ਹੈਗਾ, ਇਹ ਸਿੱਕੇ ਇਕੱਠੇ ਕਰਦੇ ਆ, ਬਾਕੀ ਐਂਟੀਕ ਦਾ ਗ੍ਰੰਥ, ਹੋਰ ਵੀ ਕਾਫੀ ਸਮਾਨ ਇਹਨਾਂ ਨੇ ਇਕੱਠਾ ਕੀਤਾ ਹੋਇਆ। ਅਤੇ ਐਕਚੁਲੀ ਇਹਨਾਂ ਦਾ ਹੈ ਵੀ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਉਹਨਾਂ ਨੂੰ, ਅੱਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਰਾ ਪਤਾ ਲੱਗੇ ਕਿ ਸਾਡੇ ਸਿੱਖਾਂ ਦੇ ਰਾਜ ਦੇ ਸਿੱਕੇ ਜਾਂ ਜੋ ਹੋਰ ਵੀ ਪਿੱਛੇ ਗ੍ਰੰਥ ਕਿਹੋ ਜਿਹੇ ਸਨ, ਸਾਰਾ ਇਹਨਾਂ ਨੂੰ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਸਾਰਾ ਕੁਛ ਪਤਾ ਲੱਗੇ, ਇਸ ਕਰਕੇ ਇਹਨਾਂ ਦਾ ਇਹ ਸ਼ੌਂਕ ਜਾਗਿਆ। ਇੰਜੀਨੀਅਰ ਨਰਿੰਦਰਪਾਲ ਸਿੰਘ ਵੱਲੋਂ ਸੰਭਾਲ ਕੇ ਰੱਖੀਆਂ ਹੋਈਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੇ ਲੋਕ ਦੇਖਣ ਆਉਂਦੇ ਨੇ ਉਹ ਇਸ ਗੱਲੋਂ ਅਸ਼ ਅਸ਼ ਕਰ ਉੱਠਦੇ ਨੇ ਕਿ ਉਹਨਾਂ ਦੀ ਨਵੇਂ ਪੂਰ ਦੀ ਪੀੜ੍ਹੀ ਨੂੰ ਨਰਿੰਦਰਪਾਲ ਸਿੰਘ ਵੱਲੋਂ ਦਿਖਾਈਆਂ ਜਾ ਰਹੀਆਂ ਇਹ ਚੀਜ਼ਾਂ ਮੰਤਰ ਮੁਗਧ ਕਰਦੀਆਂ ਨੇ। ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਹੋ ਜਿਹੀਆਂ ਵਿਰਾਸਤੀ ਚੀਜ਼ਾਂ ਦੀ ਸਾਰੇ ਪੰਜਾਬੀ ਸੰਭਾਲ ਕਰਨ ਤਾਂ ਨਵੀਂ ਪੀੜ੍ਹੀ ਨੂੰ ਇੱਕ ਇੱਕ ਚੀਜ਼ ਦੇ ਬਾਬਤ ਭਵਿੱਖ ਦੇ ਵਿੱਚ ਵੀ ਵਾਕਫੀਅਤ ਹੁੰਦੀ ਰਹੇਗੀ। ਸਾਡੇ ਬੱਚਿਆਂ ਨੂੰ ਤਾਂ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ ਕਿ ਕੀ ਸੀ ਕੀ ਨਹੀਂ, ਇਹ ਬਹੁਤ ਪੁਰਾਣੀਆਂ ਚੀਜ਼ਾਂ ਹੈ, ਇਹਨੂੰ ਸੰਭਾਲ ਕੇ ਰੱਖਣਾ ਵੀ ਕਿਸੇ ਦਾ ਹੀ ਕੰਮ ਹੈ, ਬਹੁਤ ਅੱਛਾ ਲੱਗਿਆ ਦੇਖ ਕੇ ਸਾਨੂੰ। ਬੜੇ ਚਿਰ ਤੋਂ ਇਹ ਲਗਾਤਾਰ ਜਿਹੜੀ ਹੈ ਮਿਹਨਤ ਕਰਦਾ ਆ ਰਿਹਾ ਹੈ, ਇਸ ਮਿਹਨਤ ਦਾ ਫਲ ਜਿਹੜਾ ਹੈ ਅੱਜ ਇਹਨੂੰ ਮਿਲਿਆ ਹੈ ਵੀ ਜਿਹੜਾ ਵੀ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਸਤਰਾਂ ਦਾ ਸਾਰਾ ਹੀ
ਬੜੇ ਚਿਰ ਤੋਂ ਇਹ ਲਗਨ ਲਾ ਕੇ ਇਹ ਵੀਰ ਤਿਆਰੀ ਕਰ ਰਿਹਾ ਹੈ ਅਤੇ ਇਹ ਕੋਈ ਟਾਈਮ ਐਸਾ ਆਏਗਾ ਵੀ ਜਿੱਦਾਂ ਵੱਡੇ ਵੱਡੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਅਜਾਇਬ ਘਰ ਬਣਿਆ ਹੈ, ਇਸ ਵੀਰ ਨੇ ਵੀ ਇਸ ਦੀ ਸੇਧ ਲੈ ਕੇ ਜਿਹੜਾ ਹੈ ਇਹ ਅਜਾਇਬ ਘਰ ਬਣਾਇਆ ਹੈ। ਦੇਖੋ ਪੁਰਾਣੀਆਂ ਪੁਸਤਕਾਂ ਦੇ ਅਸੀਂ ਦਰਸ਼ਨ ਕੀਤੇ ਨੇ, ਮਹਾਰਾਜ ਦੀਆਂ ਲਿਖੀਆਂ ਕਿਤਾਬਾਂ ਨੇ ਬਹੁਤ ਚੰਗੀਆਂ। ਇਹ ਸੀ ਇੰਜੀਨੀਅਰ ਨਰਿੰਦਰਪਾਲ ਸਿੰਘ ਦੇ ਸ਼ੌਕ ਦੇ ਨਾਲ ਜੁੜੀ ਹੋਈ ਵਿਸ਼ੇਸ਼ ਰਿਪੋਰਟ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ। ਹੁਣ ਦਿਓ ਆ ਗਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ।